ਸਾਡੀ ਸਰਕਾਰ ਬਣੇਗੀ, ਅਸੀਂ ਹਰ ਘਰ ਨੂੰ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਉਹਨੂੰ ਹਰ ਮਹੀਨੇ 500 ਯੂਨਿਟ ਬਿਜਲੀ ਅਸੀਂ ਫ੍ਰੀ ਦਿਆਂਗੇ। ਹਰ ਮਹੀਨੇ 500 ਯੂਨਿਟ ਬਿਜਲੀ ਫ੍ਰੀ ਮਿਲੇਗੀ। ਇਹ ਪੈਨਸ਼ਨ ਜਿਹੜੀ ਹੈ, ਜਿਹੜੀ ਅੱਜ ਵਿਡੋ ਨੂੰ, ਓਲਡ ਏਜ ਨੂੰ, ਹੈਂਡੀਕੈਪ ਨੂੰ ਅੱਜ 1000 ਰੁਪਇਆ ਪੈਨਸ਼ਨ ਮਿਲਦੀ ਹੈ। ਇਸ ਮਹਿੰਗਾਈ ਦੇ ਵਿੱਚ ਉਹ ਗਰੀਬ ਆਦਮੀ ਅਗਰ ਡਾਕਟਰ ਕੋਲ ਵੀ ਜਾ ਕੇ ਪ੍ਰਾਈਵੇਟ ਦੱਸਦਾ, ਡਾਕਟਰ ਵੀ ਅੱਜ 500 ਰੁਪਇਆ ਫੀਸ ਲੈਂਦਾ। ਦੱਸੋ ਗਰੀਬ ਆਦਮੀ ਕਿੱਦਾਂ ਗੁਜ਼ਾਰਾ ਕਰੇਗਾ? ਸਾਡੀ ਪਾਰਟੀ ਦਾ ਵਾਅਦਾ, ਸਾਡੀ ਸਰਕਾਰ ਬਣੇਗੀ, ਅਸੀਂ ਉਸ ਹੈਂਡੀਕੈਪ ਨੂੰ, ਉਸ ਵਿਡੋ ਨੂੰ, ਉਸ ਓਲਡ ਏਜ ਨੂੰ 1000 ਤੋਂ ਵਧਾ ਕੇ ਉਹਦੀ ਪੈਨਸ਼ਨ 5000 ਕਰਾਂਗੇ। ਇਹ ਜੰਮੂ ਕਸ਼ਮੀਰ ਆਪਣੀ ਪਾਰਟੀ ਦਾ ਵਾਅਦਾ, ਸਾਡਾ ਵਾਅਦਾ ਕਿ ਗਰੀਬਾਂ ਨੂੰ 4 ਸਿਲੰਡਰ ਜਿਹੜੇ ਨੇ ਅਸੀਂ ਸਾਲ 'ਚ ਫ੍ਰੀ ਭਰਾ ਕੇ ਦਿਆਂਗੇ। ਇਹ ਸਾਡਾ ਵਾਅਦਾ ਕਿ ਗਰੀਬ ਬੱਚਿਆਂ ਦੀ ਸ਼ਾਦੀ ਵਾਸਤੇ ਅਸੀਂ 1,00,000 ਰੁਪਇਆ ਦਿਆਂਗੇ, ਔਰ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਜਦੋਂ ਉਹਨਾਂ ਦੀ ਸ਼ਾਦੀ ਹੋਏਗੀ। ਜੰਮੂ ਕਸ਼ਮੀਰ ਮੇ ਹਰ ਘਰ ਮੇ ਹਰ ਮਹੀਨੇ 500 ਯੂਨਿਟ ਬਿਜਲੀ ਮੁਫਤ ਦੀ ਜਾਏਗੀ। ਯੇ ਹਮ ਨਹੀਂ, ਯੇ ਜੰਮੂ ਕਸ਼ਮੀਰ ਆਪਣੀ ਪਾਰਟੀ ਕੇ ਨੇਤਾਓਂ ਕਾ ਕਹਿਣਾ ਹੈ। ਜੀ ਹਾਂ, ਜੰਮੂ ਕਸ਼ਮੀਰ ਆਪਣੀ ਪਾਰਟੀ ਨੇ ਕਈ ਬੜੇ ਐਲਾਨ ਕਰ ਦਿਏ ਚੁਣਾਵ ਹੋਣੇ ਸੇ ਪਹਿਲੇ ਹੀ। ਜੀ ਹਾਂ, ਆਪਕੋ ਬਤਾ ਦੇ ਕਿ ਅਭੀ ਤੱਕ ਜੈਸੇ ਕੋਈ ਜਾਣਕਾਰੀ ਨਹੀਂ ਹੈ ਕਿ ਜੰਮੂ ਕਸ਼ਮੀਰ ਮੇ ਆਖਿਰ ਕਬ ਅਸੈਂਬਲੀ ਚੁਣਾਵ ਹੋਂਗੇ, ਲੇਕਿਨ ਉਸ ਸੇ ਪਹਿਲੇ ਹਰ ਸਿਆਸੀ ਪਾਰਟੀ ਲੋਕੋਂ ਕੇ ਸਾਥ ਜੁੜਨਾ ਚਾਹਤੀ ਹੈ, ਔਰ ਲੋਕੋਂ ਕੇ ਸਾਥ ਯੇ ਤਮਾਮ ਸਿਆਸੀ ਜਮਾਤੇ ਜੋ ਹੈ ਯੇ ਲੁਭਾਵਨੇ ਵਾਅਦੇ ਕਰ ਰਹੇ ਹੈ। ਆਪਕੋ ਬਤਾ ਦੇ ਕਿ ਜੰਮੂ ਕਸ਼ਮੀਰ ਆਪਣੀ ਪਾਰਟੀ ਕੇ ਪ੍ਰੋਵਿੰਸ਼ੀਅਲ ਪ੍ਰੈਜ਼ੀਡੈਂਟ ਸਰਦਾਰ ਮਨਜੀਤ ਸਿੰਘ ਜੋ ਕਿ ਪੂਰਵ ਮੰਤਰੀ ਵੀ ਹੈ, ਉਹਨੇ ਸਾਂਬਾ ਕੇ ਰਾਮਗੜ੍ਹ ਮੇ ਇੱਕ ਜਨ ਸਭਾ ਕੇ ਦੌਰਾਨ ਯੇ ਬੜੇ ਐਲਾਨ ਕਰ ਦੀਏ। ਉਹਨੇ ਯੇ ਕਿਹਾ ਕਿ ਜਬ ਜੰਮੂ ਕਸ਼ਮੀਰ ਮੇ ਜੰਮੂ ਕਸ਼ਮੀਰ ਆਪਣੀ ਪਾਰਟੀ ਸੱਤਾ ਮੇ ਆਏਗੀ ਤੋ ਵੋ ਜੰਮੂ ਕਸ਼ਮੀਰ ਕੇ ਹਰ ਘਰ ਮੇ ਹਰ ਮਹੀਨੇ 500 ਯੂਨਿਟ ਬਿਜਲੀ ਮੁਫਤ ਦੇਗੀ। ਇਸੀ ਕੇ ਸਾਥ ਸਾਥ ਉਹਨੇ ਯੇ ਵੀ ਕਹਿ ਦਿਆ ਕਿ ਹੈਂਡੀਕੈਪ ਪੈਨਸ਼ਨ ਜੋ ਅਭੀ 1000 ਰੁਪਏ ਹੈ, ਜਾਂ ਫਿਰ ਵਿਡੋ ਪੈਨਸ਼ਨ ਜੋ ਅਭੀ 1000 ਰੁਪਏ ਹੈ, ਜਾਂ ਓਲਡ ਪੈਨਸ਼ਨ ਜੋ 1000 ਰੁਪਏ ਹੈ, ਉਨਕੀ ਸਰਕਾਰ ਆਨੇ ਪਰ ਯੇ ਪੈਨਸ਼ਨ ਜੋ ਹੈ ਵੋ ਉਸਮੇ ਵ੍ਰਿਧੀ ਕਰਕੇ 5000 ਰੁਪਏ ਜੋ ਵੋ ਪੈਨਸ਼ਨ ਕਰ ਦੀ ਜਾਏਗੀ। ਯਹੀ ਤੱਕ ਨਹੀਂ ਰੁਕੇ, ਉਹਨੇ ਯੇ ਵੀ ਕਹਿ ਦਿਆ ਕਿ ਹਰ ਗਰੀਬ ਪਰਿਵਾਰ ਕੋ ਸਾਲ ਮੇ 4 ਗੈਸ ਸਿਲੰਡਰ ਦੀਏ ਜਾਏਂਗੇ, ਔਰ ਉਸੀ ਕੇ ਸਾਥ ਸਾਥ ਉਹਨੇ ਯੇ ਵੀ ਕਿਹਾ ਕਿ ਹਰ ਗਰੀਬ ਪਰਿਵਾਰ ਕੇ ਬੱਚੋਂ ਕੀ ਸ਼ਾਦੀ ਕੇ ਲੀਏ ਵੋ 1,00,000 ਰੁਪਏ ਵੀ ਦੇਂਗੇ। ਯੇ ਬੜੇ ਐਲਾਨ ਉਹਨੇ ਕਰ ਦੀਏ ਇੱਕ ਜਨਸਭਾ ਕੇ ਦੌਰਾਨ, ਲੇਕਿਨ ਕਹੀਂ ਨਾ ਕਹੀਂ ਅਬ ਦੇਖਣਾ ਇਹ ਹੈ ਕਿ ਅਗਰ ਯੇ ਸੱਤਾ ਮੇ ਆਤੇ ਹੈ ਤੋ ਕਿਆ ਵੋ ਆਪਣੇ ਵਾਅਦੋਂ ਪਰ ਕਾਇਮ ਰਹਤੇ ਹੈ, ਯੇ ਦੇਖਣਾ ਹੋਗਾ। ਲੇਕਿਨ ਸਭ ਸੇ ਪਹਿਲੇ ਇਸ ਰਿਪੋਰਟ ਕੋ ਦੇਖੇ ਕਿਆ ਕੁਛ ਕਹਾ ਪੂਰਵ ਮੰਤਰੀ ਸਰਦਾਰ ਮਨਜੀਤ ਸਿੰਘ ਨੇ, ਜੋ ਕਿ ਜੰਮੂ ਕਸ਼ਮੀਰ ਆਪਣੀ ਪਾਰਟੀ ਕੇ ਪ੍ਰੋਵਿੰਸ਼ੀਅਲ ਪ੍ਰੈਜ਼ੀਡੈਂਟ ਹੈ। ਰਿਆਸਤ ਨੂੰ ਭਾਰਤੀ ਜਨਤਾ ਪਾਰਟੀ ਨੇ ਤੋੜ ਦਿੱਤਾ, ਇਹਦਾ ਦਰਜਾ ਨੀਵਾ ਕਰ ਦਿੱਤਾ, ਇਹਨੂੰ ਯੂਟੀ ਬਣਾ ਦਿੱਤਾ। ਬਾਹਰ ਜਿੰਨੀਆਂ ਯੂਟੀ ਨੇ ਉਹਨਾਂ ਨੂੰ ਸਟੇਟ ਦਾ ਦਰਜਾ ਮਿਲ ਰਿਹਾ, ਲੇਕਿਨ ਇਹਨਾਂ ਨੇ ਸਾਡਾ ਦਰਜਾ ਨੀਵਾ ਕਰਤਾ। ਸਟੇਟ ਤੋੜਨ ਦੇ ਬਾਅਦ ਇਹ ਐਲਾਨ ਕੀਤਾ ਕਿ ਨੌਕਰੀਆਂ ਪੂਰੇ ਦੇਸ਼ ਭਰ ਦੇ ਲੋਕ ਲੈਣਗੇ, ਬਾਹਰ ਦੇ ਲੋਕ ਆ ਕੇ ਨੌਕਰੀਆਂ ਲੈਣਗੇ। ਉਸ ਵੇਲੇ ਅਲਤਾਫ਼ ਬੁਖਾਰੀ ਸਾਹਿਬ ਬਾਹਰ ਨਿਕਲੇ, ਉਹਨਾਂ ਨੇ ਕਿਹਾ ਕਿ ਜੇ ਨੌਕਰੀਆਂ ਵੀ ਬਾਹਰ ਦੇ ਲੋਕ ਲੈ ਗਏ ਤੇ ਸਾਡੇ ਬੱਚੇ ਕਿੱਥੇ ਜਾਣਗੇ। ਉਹਨਾਂ ਨੇ ਕਿਹਾ ਜ਼ਮੀਨਾਂ ਵੀ ਜਿਹੜੀਆਂ ਸਰਕਾਰੀ ਨੇ ਇਹ ਬਾਹਰ ਦੇ ਲੋਕਾਂ ਨੂੰ ਦੇ ਦਿਓ। ਉਸ ਵੇਲੇ ਅਲਤਾਫ਼ ਬੁਖਾਰੀ ਸਾਹਿਬ ਬਾਹਰ ਨਿਕਲੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾ ਕੇ ਝੰਝੋੜਿਆ, ਉਹਨੂੰ ਇਹ ਕਿਹਾ ਕਿ ਜੇ ਨੌਕਰੀਆਂ ਵੀ ਬਾਹਰ ਦੇ ਲੋਕ ਲਾ ਗਏ ਜੇ ਜ਼ਮੀਨਾਂ ਵੀ ਬਾਹਰ ਦੇ ਲੋਕ ਲਾ ਗਏ ਤੇ ਸਾਡੇ ਬੱਚੇ ਕਿੱਥੇ ਜਾਣਗੇ? ਕਿਆ ਇਹ ਹਥਿਆਰ ਨਹੀਂ ਚੁੱਕਣਗੇ? ਕਿਆ ਇਹ ਗਲਤ ਰਸਤੇ 'ਚ ਨਹੀਂ ਜਾਣਗੇ? ਤੇ ਉਸ ਵੇਲੇ ਪ੍ਰਧਾਨ ਮੰਤਰੀ ਨੂੰ ਉਹ ਆਰਡਰ 24 ਘੰਟੇ 'ਚ ਚੇਂਜ ਕਰਨਾ ਪਿਆ। ਅੱਜ ਅਗਰ ਇਹ ਨੌਕਰੀਆਂ ਸਾਰੀਆਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲ ਰਹੀਆਂ ਨੇ, ਇਹਦਾ ਕ੍ਰੈਡਿਟ ਅਲਤਾਫ਼ ਬੁਖਾਰੀ ਨੂੰ ਜਾਂਦਾ, ਆਪਣੀ ਪਾਰਟੀ ਨੂੰ ਜਾਂਦਾ। ਅੱਜ ਅਗਰ ਤੁਹਾਡੀ ਜ਼ਮੀਨਾਂ ਤੁਹਾਡੇ ਕੋਲ ਨੇ ਜਿਹੜਾ ਕੱਢਣ ਵਾਸਤੇ ਸਰਕਾਰ ਜਗ੍ਹਾ ਜਗ੍ਹਾ ਬੋਰਡ ਲਾ ਰਹੀ ਹੈ, ਇਹ ਅਗਰ ਤੁਹਾਡੇ ਕੋਲ ਨੇ, ਇਹਦਾ ਕ੍ਰੈਡਿਟ ਵੀ ਜੰਮੂ ਕਸ਼ਮੀਰ ਆਪਣੀ ਪਾਰਟੀ ਨੂੰ ਜਾਂਦਾ। ਮੈਂ ਕਹਿਣਾ ਚਾਹੁੰਦਾ ਸਾਥੀਓ, ਤੁਸੀਂ ਦੇਖੋ ਇਹ ਕਿਉਂ ਚੁਣਾਵ ਨਹੀਂ ਕਰਾ ਰਹੇ? ਕੋਈ ਪਾਰਟੀ ਨਹੀਂ ਬੋਲ ਰਹੀ ਇਸ ਦੇ ਬਾਰੇ 'ਚ, ਨਾ ਇਹ ਅਸੈਂਬਲੀ ਦਾ ਚੁਣਾਵ ਕਰਾ ਰਹੇ ਨੇ, ਨਾ ਇਹ ਮਿਊਂਸਪੈਲਿਟੀਆਂ ਦਾ ਚੁਣਾਵ ਕਰਾ ਰਹੇ ਨੇ। ਹੁਣ 10 ਦਿਨ ਪਹਿਲਾਂ ਇਹਨਾਂ ਨੇ ਪੰਚਾਇਤਾਂ ਵੀ ਭੰਗ ਕਰ ਦਿੱਤੀਆਂ, PDC ਵੀ ਭੰਗ ਕਰਤੀਆਂ। ਤੁਸੀਂ ਦੱਸੋ ਆਮ ਲੋਕ ਕਿਹਦੇ ਕੋਲ ਜਾਣਗੇ?
ਕਿਸੇ ਆਦਮੀ ਨੂੰ ਕੋਈ ਕੰਮ ਪਏਗਾ ਕਿਹਦੇ ਕੋਲ ਜਾਏਗਾ? ਅੱਜ ਨਾ ਕੋਈ ਪੈਂਚਰ ਪਿਆ, ਨਾ ਪੈਂਚਰ ਰਿਹਾ, ਨਾ ਸਰਪੰਚ ਰਿਹਾ, ਨਾ ਕੋਈ ਵੀਡੀਸੀ ਦਾ ਮੈਂਬਰ ਰਿਹਾ। ਕਿਉਂ ਨੀ ਚੁਣਾਵ ਕਰਾ ਰਹੇ? ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦੇ ਨਾਲ ਜੋੜਿਆ। ਭਾਈ ਭਾਰਤ ਦੇ ਨਾਲ ਤੇ ਪਹਿਲਾਂ ਵੀ ਜੁੜਿਆ ਤਾਂ ਸੀ, ਲੇਕਿਨ ਜੋ ਫੈਸਿਲਿਟੀਆਂ ਭਾਰਤ ਦੇ ਦੂਸਰੇ ਰਾਜਾਂ ਦੇ ਵਿੱਚ ਨੇ, ਉੱਥੇ ਪੰਜ ਸਾਲ ਬਾਅਦ ਚੁਣਾਵ ਹੋ ਰਹੇ ਨੇ, ਇੱਥੇ 10 ਵਰੇ ਹੋ ਗਏ ਚੁਣਾਵ ਨਹੀਂ ਕਰਾ ਰਹੇ। ਕਿਉਂ ਚੁਣਾਵ ਨਹੀਂ ਕਰਾ ਰਹੇ? ਇਹ ਕਿਉਂ ਤੁਸੀਂ ਜੰਮੂ ਕਸ਼ਮੀਰ ਦੇ ਨਾਲ ਵਿਤਕਰਾ ਕਰ ਰਹੇ ਹੋ? ਕਿਉਂ ਤੁਸੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦਾ ਨੇਤਾ ਚੁਣਨ ਦਾ ਹੱਕ ਨਹੀਂ ਦੇ ਰਹੇ? ਇਸ ਕਰਕੇ ਮੇਰੇ ਦੋਸਤੋ ਸਾਥੀਓ, ਜੰਮੂ ਕਸ਼ਮੀਰ ਆਪਣੀ ਪਾਰਟੀ ਇਹ ਵਾਅਦਾ ਕਰਨੀ ਹੈ ਤੁਹਾਡੇ ਨਾਲ, ਇਹ ਐਲਾਨ ਕਰਨੇ ਅਸੀਂ ਕਿ ਸਾਡੀ ਪਾਰਟੀ ਹਕੂਮਤ 'ਚ ਆਏਗੀ, ਅਸੀਂ ਹਰ ਘਰ ਨੂੰ, ਇਸ ਵੇਲੇ ਬਿਜਲੀ ਜੰਮੂ ਕਸ਼ਮੀਰ 'ਚ ਤਿਆਰ ਹੋ ਰਹੀ ਹੈ, ਅੱਧੇ ਹਿੰਦੁਸਤਾਨ ਨੂੰ ਅਸਲੀ ਬਿਜਲੀ ਦੇ ਰਹੇ ਹਾਂ, ਲੇਕਿਨ ਸਾਨੂੰ ਬਿਜਲੀ ਨਹੀਂ ਮਿਲਦੀ। ਸਾਡਾ ਵਾਅਦਾ ਹੈ, ਸਾਡੀ ਪਾਰਟੀ ਦੀ ਕਮਿਟਮੈਂਟ ਹੈ, ਸਾਡੀ ਸਰਕਾਰ ਬਣੇਗੀ, ਅਸੀਂ ਹਰ ਘਰ ਨੂੰ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਉਹਨੂੰ ਹਰ ਮਹੀਨੇ 500 ਯੂਨਿਟ ਬਿਜਲੀ ਅਸੀਂ ਫ੍ਰੀ ਦੇਵਾਂਗੇ। ਹਰ ਮਹੀਨੇ 500 ਯੂਨਿਟ ਬਿਜਲੀ ਫ੍ਰੀ ਮਿਲੇਗੀ। ਇਹ ਪੈਨਸ਼ਨ ਜਿਹੜੀ ਹੈ, ਜਿਹੜੀ ਅੱਜ ਵਿਡੋ ਨੂੰ, ਓਲਡ ਏਜ ਨੂੰ, ਹੈਂਡੀਕੈਪ ਨੂੰ ਅੱਜ 1000 ਰੁਪਇਆ ਪੈਨਸ਼ਨ ਮਿਲਦੀ ਹੈ। ਇਸ ਮਹਿੰਗਾਈ ਦੇ ਵਿੱਚ ਉਹ ਗਰੀਬ ਆਦਮੀ ਅਗਰ ਡਾਕਟਰ ਕੋਲ ਵੀ ਜਾ ਕੇ ਪ੍ਰਾਈਵੇਟ ਦੱਸਦਾ, ਡਾਕਟਰ ਵੀ ਅੱਜ 500 ਰੁਪਇਆ ਫੀਸ ਲੈਂਦਾ। ਦੱਸੋ ਗਰੀਬ ਆਦਮੀ ਕਿੱਦਾਂ ਗੁਜ਼ਾਰਾ ਕਰੇਗਾ? ਸਾਡੀ ਪਾਰਟੀ ਦਾ ਵਾਅਦਾ, ਸਾਡੀ ਸਰਕਾਰ ਬਣੇਗੀ, ਅਸੀਂ ਉਸ ਹੈਂਡੀਕੈਪ ਨੂੰ, ਉਸ ਵਿਡੋ ਨੂੰ, ਉਸ ਓਲਡ ਏਜ ਨੂੰ 1000 ਤੋਂ ਵਧਾ ਕੇ ਉਹਦੀ ਪੈਨਸ਼ਨ 5000 ਕਰਾਂਗੇ। ਇਹ ਜੰਮੂ ਕਸ਼ਮੀਰ ਆਪਣੀ ਪਾਰਟੀ ਦਾ ਵਾਅਦਾ। ਸਾਡਾ ਵਾਅਦਾ ਕਿ ਗਰੀਬਾਂ ਨੂੰ 4 ਸਿਲੰਡਰ ਜਿਹੜੇ ਨੇ ਅਸੀਂ ਸਾਲ 'ਚ ਫ੍ਰੀ ਭਰਾ ਕੇ ਦਿਆਂਗੇ। ਇਹ ਸਾਡਾ ਵਾਅਦਾ ਕਿ ਗਰੀਬ ਬੱਚਿਆਂ ਦੀ ਸ਼ਾਦੀ ਵਾਸਤੇ ਅਸੀਂ 1 ਲੱਖ ਰੁਪਇਆ ਦਿਆਂਗੇ, ਔਰ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਜਦੋਂ ਉਹਨਾਂ ਦੀ ਸ਼ਾਦੀ ਹੋਏਗੀ। ਇਹ ਜਿਹੜੇ ਮਾਈਨਿੰਗ 'ਚ ਲੁੱਟ ਹੋ ਰਹੀ ਹੈ, ਇਹ ਰੇਤ ਬਜਰੀ, ਇਹ ਸਾਡੇ ਦੇਵਕ, ਇਹ ਬਸੰਤਰ, ਇਹ ਖੱਡਾਂ 'ਚ ਸਾਨੂੰ ਫ੍ਰੀ ਮਿਲਦੀ ਸੀ। ਅੱਜ ਰੇਤ ਜਿਹੜੀ 300 ਰੁਪਏ ਦੀ ਟਰਾਲੀ ਸੀ, ਅੱਜ ਉਹ 3000 ਦੇ ਉੱਪਰ ਚਲੀ ਗਈ। ਅੱਜ ਬਜਰੀ ਜਿਹੜੀ ਸਾਨੂੰ 1000 ਰੁਪਏ ਜਾਂਦੀ ਸੀ, ਅੱਜ ਉਹ 8000 ਦੇ ਉੱਪਰ ਚਲੀ ਗਈ। ਜੰਮੂ ਕਸ਼ਮੀਰ ਆਪਣੀ ਪਾਰਟੀ ਦਾ ਵਾਅਦਾ, ਸਾਡੀ ਸਰਕਾਰ ਬਣੇਗੀ। ਜਿਹਨਾਂ ਪੰਚਾਇਤਾਂ 'ਚੋਂ ਇਹ ਦਰਿਆ ਜਾ ਰਹੇ ਨੇ, ਉਹਨਾਂ ਪੰਚਾਇਤਾਂ ਨੂੰ ਇਹ ਹੱਕ ਦਿੱਤਾ ਜਾਏਗਾ, ਤਾਂ ਕਿ ਜਿਹੜਾ ਵੀ ਰਾਇਲਟੀ ਦਾ ਪੈਸਾ ਆਏਗਾ ਉਹਨਾਂ ਪੰਚਾਇਤਾਂ ਦੇ ਵਿੱਚ ਡਿਵੈਲਪਮੈਂਟ ਵਾਸਤੇ ਲਗਾਇਆ ਜਾਏ। ਮੇਰੇ ਦੋਸਤੋ ਸਾਥੀਓ, ਆਪਣੀ ਪਾਰਟੀ ਬਦਲਾਵ ਚਾਹੁੰਦੀ ਹੈ, ਆਪਣੀ ਪਾਰਟੀ ਸੱਚ ਦੀ ਰਾਜਨੀਤੀ ਕਰ ਰਹੀ ਹੈ। ਤੁਸੀਂ ਤੇ NCP ਵੀ ਦੇਖੀ, ਤੁਸੀਂ PDP ਵੀ ਦੇਖੀ, ਤੁਸੀਂ ਕਾਂਗਰਸ ਨੂੰ ਵੀ ਦੇਖਿਆ, ਹੁਣ 10 ਸਾਲ ਤੋਂ ਤੁਸੀਂ BJP ਨੂੰ ਵੀ ਦੇਖਿਆ। तो आपने पूर्व मंत्री सरदार मनजीत सिंह को सुना, जो कि जम्मू कश्मीर अपने पार्टी के प्रोविंशियल प्रेसिडेंट है। उन्होंने कई बड़े ऐलान कर दिए और उन्होंने कई सवालिया निशान भी खड़े किए कि कब यहां पर स्टेटहुड का दर्जा जो वो दिया जाएगा जम्मू कश्मीर को, कब यहां पर असेंबली चुनाव होंगे, और उन्होंने ये भी कहा कि पंचायती चुनाव कब होंगे, अर्बन लोकल बॉडीज के चुनाव कब होंगे, क्योंकि पंचायतें और अर्बन लोकल बॉडीज जिस तरह से कुछ दिन पहले भंग हो गई हैं, और उन्होंने जिस तरह से ये बड़े ऐलान किए हैं, तो इन तमाम बड़े ऐलानों को आप किस तरह से देखते हैं? तमाम जनता कमेंट बॉक्स में अपनी राय जरूर दें, क्योंकि कहीं ना कहीं जब भी चुनावों का माहौल बनता है तो बड़े बड़े नेता जो है वो बड़े बड़े लुभावने वादे जो है वो लोगों के साथ करते हैं, लेकिन देखना यह है कि क्या अगर ये पार्टी सत्ता में आती है तो क्या वाकई में ये वादे पूरे करेगी, ये लोगों को बेनिफिट देगी, ये देखना होगा, ये बड़ी बात होगी देखने वाली। लेकिन सियासत है, सियासत में हर चीज़ जायज़ है। फिलहाल के लिए ऋषि कजूरिया, JK मीडिया।